जे मुकाबला ना होवे तां बदनाम कीता जांदा है। किसान साफ तौर पर कहिंदे ने कि सानू बदनाम कीता जा रहा है। बदनाम कौन कर रहा है? रेड हुई, परिवार नू डक लिया गया, मेरे हाथ मोबाइल सी वो लै लिया, मेरे पुत्र नेड़े आया उहदा मोबाइल लै लिया, और मेरी नूह कल्ली सी। ਤੁਹਾਡੇ ਸ਼ੈਲਰ ਦੇ ਬਹੁਤ ਵੱਡੇ ਕਾਰੋਬਾਰੀ ਹੋ, ਬਹੁਤ ਤੁਹਾਡੇ ਘਰ ਸਿਆਉਣਾ ਹੈ, ਆੜਤਾਂ ਨੇ, ਹੋਰ ਫਾਰਮ ਹਾਊਸ ਨੇ। ਮੈਂ ਕਿਹਾ ਜਦੋਂ ਘਰ ਹੀ ਆ ਗਏ ਇੱਥੇ ਸਿਆਉਣਾ, ਹੁਣ ਤੁਹਾਨੂੰ ਮਿਲ ਜੂਗਾ। ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਹੁਣ ਰੈਸਟ ਹੋ, ਤੁਸੀਂ ਪਾਸੇ ਆਸੇ ਜਾ ਨਹੀਂ ਸਕਦੇ। ਸ਼ੈਲਰ ਸੱਚੀ ਹੈਗੇ ਤੁਹਾਡੇ ਕੋਲ ਜਾਂ ਫਿਰ ਹਵਾਵਾਂ 'ਚ? ਮੈਂ ਪੁੱਛ ਕੇ ਛੱਡੂੰਗਾ। मेरे तो वह शैलर के जुर्म तहत मुकदमा दर्ज करे, मैंने जेल भेजे, नहीं तो मैं पूछूंगा। ਤੁਹਾਡੇ ਕੋਲ ਜ਼ਮੀਨ ਦੀ ਗੱਲ ਕਰੀ, ਕਿੰਨੀ ਜ਼ਮੀਨ ਆ, ਪਰਿਵਾਰ ਕੀ ਕੀ ਕਰਦਾ? ਮੇਰੀ ਮਾਲਕੀ ਤਾਂ, ਮੇਰਾ ਪਿਤਾ ਛੋਟਾ ਸੀ ਉਧਰ ਪਾਕਿਸਤਾਨ ਦਾ, ਮੇਰਾ ਵੀ ਜਨਮ ਉਧਰ ਦਾ, ਤਾਂ 84 ਸਾਲ ਉਮਰ ਬਣੀ ਨਾ ਉਦੋਂ, 8-9 ਸਾਲ ਤੱਕ। ਸੋ ਉਹ ਕਿੱਲਾ ਜ਼ਮੀਨ ਮੇਰਾ, 3 ਬੇਟੀਆਂ ਸੀ, 3 ਬੇਟੀਆਂ ਮੈਂ ਪੜ੍ਹਾ ਨਹੀਂ ਸਕਿਆ, ਕਿਸਾਨ ਅੰਦੋਲਨ ਕਰਕੇ, ਛੋਟਾ ਕਿਸਾਨ ਕਰਕੇ ਉਹ ਮੇਰੀ ਵਿਕ ਗਈ। ਲਾਜ ਘਟਾਲੇ ਦਾ ਤਾਂ ਇਹਨਾਂ ਨੇ ਮੈਨੂੰ ਵੀ, ਉਹ ਅਫਸਰਾਂ ਨੇ ਨਹੀਂ ਦੱਸਿਆ ਵੀ ਇਹਦੀ ਬੈਕਗਰਾਊਂਡ, ਅਸੀਂ ਕਿਉਂ ਆਏ ਹਾਂ। ਮੈਨੂੰ ਹੁਣ BJP ਦੀਆਂ ਡਿਬੇਟਾਂ ਤੋਂ ਪਤਾ ਲੱਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇੱਕ ਆਮ ਤੌਰ 'ਤੇ ਉਦਾਹਰਣ ਅਸੀਂ ਸੁਣਦੇ ਸੀਗੇ ਕਿ ਜੇ ਮੁਕਾਬਲਾ ਨਾ ਹੋਵੇ ਤਾਂ ਬਦਨਾਮ ਕੀਤਾ ਜਾਂਦਾ ਹੈ। ਹੁਣ ਇਦਾਂ ਦੀ ਚੀਜ਼ ਨਿਕਲ ਕੇ ਕਿਸਾਨਾਂ ਪ੍ਰਤੀ ਵੀ ਸਾਹਮਣੇ ਆ ਰਹੀ ਹੈ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕਿਸਾਨ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ। ਬਦਨਾਮ ਕੌਣ ਕਰ ਰਿਹਾ? ਕੇਂਦਰ ਦੀ ਸਰਕਾਰ ਦੇ ਵੱਲੋਂ ਕੁਝ BJP ਦੇ ਆਗੂ ਕਹਿ ਰਹੇ ਨੇ ਕਿ ਕਿਸਾਨਾਂ ਦੇ ਵੱਲੋਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਮਾੜਾ ਅਨਾਜ ਪਹੁੰਚਾ ਕੇ। ਸਾਡੇ ਨਾਲ ਸਤਨਾਮ ਸਿੰਘ ਬਹਿਰੂ ਨੇ, ਇਹਨਾਂ ਦੇ ਘਰ ਦੇ ਵਿੱਚ CBI ਦੀ ਰੇਡ ਪਹੁੰਚੀ, ਰੇਡ ਹੋਈ, ਪਰਿਵਾਰ ਨੂੰ ਡੱਕ ਲਿਆ ਗਿਆ। ਤਕਰੀਬਨ 8 ਘੰਟੇ ਤੋਂ ਜ਼ਿਆਦਾ ਦਾ ਸਮਾਂ ਬਜ਼ੁਰਗ ਨੇ, 8 ਘੰਟੇ ਤੋਂ ਜ਼ਿਆਦਾ ਸਮਾਂ ਰਿੜਕਿਆ ਗਿਆ ਪਰਿਵਾਰ ਨੂੰ, ਚੁੱਪ ਕਰਕੇ ਬਿਠਾ ਲਿਆ ਗਿਆ, ਫੋਨ ਲੈ ਗਏ। ਕਿਸ ਤਰੀਕੇ ਦਾ ਸਾਰਾ ਵਾਕਿਆ ਹੋਇਆ ਸਮਝਣਾ ਹੈਗਾ। ਬਹਿਰੂ ਸਾਹਿਬ, ਇੱਦਾਂ ਦਾ ਕੀ ਕਰ ਰਹੇ ਸੀ ਤੁਸੀਂ ਜਿਹੜਾ CBI ਦੀ ਰੇਡ ਪਈ 8:30 ਘੰਟੇ ਤਕਰੀਬਨ? ਮੈਨੂੰ ਜੇ ਮੈਂ ਸਮਾਂ ਦੇਖੋ, ਕਦੇ ਕਦੇ ਘਰ ਤੋਂ ਟਾਈਮ ਨਾਲ ਨਿਕਲ ਜਾਈਦਾ, ਦੌਲਤ ਕਰ ਰਹੀ ਹਾਂ। ਇਹ ਕਿਤੇ ਨਾ ਕੁਦਰਤੀ, ਮੈਂ ਉੱਦਣ ਸਾਲ ਦੇ ਨਹੀਂ ਕਰ ਰਹਿਣਾ ਸੀ, ਸ਼ਾਇਦ ਪਤਾ ਨਹੀਂ ਉਹਨਾਂ ਦੇ ਇੱਥੇ ਆਇਆ ਵੇ। 9:45 ਦੋ ਗੱਡੀਆਂ ਮੇਰੇ ਘਰ ਆਈਆਂ, ਮੈਂ ਖੇਤ 'ਚ ਬੈਠਾ। ਮੇਰੀ ਨੂੰਹ ਨੇ ਕਿਹਾ, ਬਾਬਾ ਜੀ ਐਂ ਲੱਗਦਾ ਜਿਵੇਂ ਪੁਲਿਸ ਵਾਲੇ 2 ਗੱਡੀਆਂ ਲੈ ਕੇ ਆਏ ਨੇ। ਮੈਂ ਦਰਵਾਜ਼ੇ ਦਾ ਹੱਥ ਲਾਇਆ, ਉਹ ਭੱਜੇ ਭੱਜੇ ਆਏ। ਮੈਂ ਉਹਨਾਂ ਨੂੰ ਰੋਕਿਆ, ਮੈਂ ਕਿਹਾ ਜੀ ਬਾਬੂ ਜੀ ਤੁਸੀਂ, ਮੈਂ ਪਛਾਣਿਆ ਨਹੀਂ, ਪਹਿਲਾਂ ਪਛਾਣ ਕਰਾਓ। ਕਹਿੰਦੇ ਅਸੀਂ CBI ਤੋਂ। ਮੇਰਾ ਦੂਜਾ ਸਵਾਲ ਸੀ CBI ਦੀ ਬ੍ਰਾਂਚ ਚੰਡੀਗੜ੍ਹ ਵੀ ਹੈ, ਸ਼ਾਇਦ ਚੰਡੀਗੜ੍ਹ ਤੋਂ ਆਇਆ ਦਿੱਲੀਓ। ਕਹਿੰਦੇ ਦਿੱਲੀਓ, ਮੇਰੇ ਹੱਥੇ ਮੋਬਾਈਲ ਸੀ ਉਹ ਲੈ ਲਿਆ, ਮੇਰੇ ਪੁੱਤਰ ਨੇੜੇ ਆਇਆ ਉਹਦਾ ਮੋਬਾਈਲ ਲੈ ਲਿਆ, ਔਰ ਮੇਰੀ ਨੂੰਹ ਕੱਲੀ ਸੀ ਅਤੇ ਉਹਨਾਂ ਯਕਦਾ ਵੀ। ਪਹਿਲਾਂ ਤਾਂ ਉਹਨਾਂ ਸਵਾਲ ਕੀਤਾ, ਤੁਹਾਡੇ ਸ਼ੈਲਰ ਨੇ ਬਹੁਤ ਵੱਡੇ ਕਾਰੋਬਾਰੀ ਹੋ, ਬਹੁਤ ਤੁਹਾਡੇ ਘਰ ਸਿਆਉਣਾ ਹੈ, ਆੜਤਾਂ ਨੇ, ਹੋਰ ਫਾਰਮ ਹਾਊਸ ਨੇ, ਅਤੇ ਅਸੀਂ, ਸਾਡੇ ਕੋਲ ਪੂਰੀ ਜਾਣਕਾਰੀ, ਜੇ ਬਿਹਤਰ ਆ ਤੁਸੀਂ ਆਪਣੇ ਆਪ ਦੱਸ ਦਿਓ। ਮੈਂ ਕਿਹਾ ਜਦੋਂ ਘਰ ਹੀ ਆ ਗਏ ਇੱਥੇ ਸਿਆਉਣਾ, ਹੁਣ ਤੁਹਾਨੂੰ ਮਿਲ ਜੂਗਾ। ਇੱਥੋਂ ਜਿਹੜੇ ਦਸਤਾਵੇਜ਼ ਸ਼ੈਲਰ ਦੇ ਨੇ, ਆੜਤ ਦੇ ਨੇ, ਫਾਰਮ ਹਾਊਸ ਦੇ ਨੇ, ਉਹ ਮਿਲ ਜਾਣਗੇ। ਸੋ ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਹੁਣ ਰੈਸਟ ਹੋ, ਤੁਸੀਂ ਪਾਸੇ ਆਸੇ ਜਾ ਨਹੀਂ ਸਕਦੇ। ਫਿਰ ਵੀ ਮੈਂ ਇੰਨੀ ਸਖਤੀ ਦੇ ਬਾਵਜੂਦ ਮੈਂ ਕਿਹਾ ਵੀ ਤੁਸੀਂ ਮੇਰੇ ਮਹਿਮਾਨ ਹੋ, ਤੁਸੀਂ ਹੁਕਮ ਲੈ ਕੇ ਆਇਓ, ਉੱਤੋਂ ਮੋਦੀ ਸਾਹਿਬ ਦਾ ਜਾਂ ਹੋਰ ਕਿਸੇ ਸੀਨੀਅਰ ਆਪਣੇ CBI ਦੇ ਅਧਿਕਾਰੀ ਦਾ, ਤੁਸੀਂ, ਮੈਂ ਤੁਹਾਨੂੰ ਸਹਿਯੋਗ ਦੇਵਾਂਗਾ, ਚਾਹ ਦਾ ਕੱਪ ਹੋ ਜਾਏ। ਕਹਿੰਦਾ ਸਰਦਾਰ ਜੀ ਮਾਰੇ ਕੰਮ ਮੈਂ ਦਖਲ ਨਹੀਂ ਦੇਣਾ। ਅਤੇ ਮੈਂ ਕਿਹਾ ਨਹੀਂ ਬਈ, ਆਪਦਾ ਕਾਰਵ ਕਰੋ। ਘੰਟੇ ਬਾਅਦ ਆਪ ਹੀ ਕਹਿੰਦੇ ਸਰਦਾਰ ਜੀ ਚਾਹ ਪਿਲਾ ਦਿਓ। ਅਸੀਂ ਚਾਹ ਪਿਲਾਈ, 2 ਚਾਹ ਉਹਨਾਂ ਪੀਤੀ, ਔਰ 9:45 ਤੋਂ ਲੈ ਕੇ 4:15 ਤੀਕਰ ਆਪਣੇ ਉਹਨਾਂ ਨੇ ਬਹੁਤ ਜ਼ਿਆਦਾ ਮੇਰਾ ਦਸਤਾਵੇਜ਼ ਜਿਹੜਾ 42 ਸਾਲ ਦਾ ਫਰੋਲਿਆ, ਸੁਪਰੀਮ ਕੋਰਟ ਦੀਆਂ ਰਿੱਟਾਂ, 2 ਰਿੱਟਾਂ ਐਸੀਆਂ ਸੀ, ਰਿੱਟਾਂ ਤਾਂ ਮੇਰੀਆਂ ਬਹੁਤ ਨੇ ਸੁਪਰੀਮ ਕੋਰਟ ਦੀਆਂ, ਮੈਨੂੰ ਛੌਂਕ ਏ। ਅਤੇ ਉਹ 2 ਰਿੱਟਾਂ ਐਸੀਆਂ ਸੀ, ਇੱਕ ਤਾਂ MS ਸਵਾਮੀਨਾਥਨ ਬੜਾ ਗੂੰਜਿਆ, ਮੈਂ ਪਟੀਸ਼ਨਰ ਹੁੰਦਾ ਅੱਜ ਤੁਹਾਡੇ ਸਾਹਮਣੇ, ਤੁਸੀਂ ਮੇਰੇ ਬੱਚੇ ਹੋ, ਉਹਦਾ ਜੇ ਡਿਟੇਲ ਨਾਲ ਪੁੱਛੋਗੇ, ਮੈਂ ਉਹ ਪਟੀਸ਼ਨਰ ਹਾਂ। ਜਦੋਂ ਸਵਾਮੀਨਾਥਨ ਇੱਕ ਦੁਨੀਆ ਦਾ ਮੰਨਿਆ ਪਰਵੰਨਿਆ ਬੰਦਾ, ਉਹ ਮੈਂ ਪਟੀਸ਼ਨਰ ਸੀ, ਮੇਰਾ ਉਹ ਉਹਦੇ 'ਤੇ ਬਹੁਤ ਸਾਰਾ ਮੋਦੀ ਨੇ ਨੁਕਸਾਨ ਦੇਸ਼ ਦੇ ਕਿਸਾਨਾਂ ਦਾ ਕੀਤਾ। ਉਹ ਡਾਕਟਰ ਮਨਮੋਹਨ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਦੇਸ਼ ਦੀ ਖੇਤੀ ਮਾੜੀ ਏ, ਅਤੇ ਉਹਨੇ ਸਵਾਮੀਨਾਥਨ ਕਮਿਸ਼ਨ ਬਣਾ ਤਾ, ਔਰ ਸਵਾਮੀਨਾਥਨ ਦੇ ਇਮਾਨਦਾਰੀ ਨੇ ਸਰ ਛੋਟੂ ਰਾਮ ਤੋਂ ਪਿੱਛੇ ਉਸ ਬੰਦੇ ਨੇ ਸਾਡੀ ਰਿਪੋਰਟ ਦਿੱਤੀ ਇਨਕਲਾਬੀ, ਉਹਨੂੰ ਆਪਣੇ BJP ਨੇ ਖਰਾਬ ਕੀਤਾ, ਔਰ 2014 ਵਿੱਚ
वोटा पार्लीमेंट दियाँ लुटिया किसानों मारे से लेके आओ जरा मनमोहने ने काम नहीं किया सोनिया ने कर हम करेंगे तो मेरी रिट पटीशन के मैं अलफनामा उत्थे देता जरा इन्हों का चोन वादा से बीजेपी का फिर जजा ने पूछा भी हूँ तो कोई टाइम नहीं हूँ तो अलफनामा दो कदों इनू लागू करना है तो फिर जो वेख्या हार रहे हैं फिर एक झूठा अलफनामा दे के उत्थे कोर्ट में अग्राह करके मैनू उत्थे खराब किया और मैं उदन ऐलान किया भी मैं अपने स्वासा तक बीजेपी नूं किसान विरोधी घोषित अज इत्थे सुप्रीम कोर्ट की बाडी चो करना मैं जिथे भी चोणा हुई उत्थे तुहाडा विरोध करूँगा और मैं छेती ही फिर 50,000 का कट करके लाल बहादुर शास्त्री समाधि से 2 अक्तूबर 2016 देश किसान मोदी किसान विरोधी का नारा दे के मैं वो जंग शुरू किया मेरा जंग जारी है। डॉक्टर साहब जे असी तुहाडी गल करिए शैलर सच्ची है तो फिर मैं पुछ के छूँगा पुछ के पटियाले मेरी परसों प्रेस कॉन्फ्रेंस थी एक नौजवान मुंडा कहता बापू जी मोदी तुम्हें शैलर दे दे फिर तो बंद हो जाओगे मैं कहना वो शैलर लूँगा जेड़ा मैं बनामी जायदाद बनाई प्लाट खरीदया होगा रजिस्ट्री हुई होगी मैं वो शैलर लाए के छूँगा स्पष्ट करके छूँगा जब CBI मेरे तो वो शैलर के जुर्म तहत मुकदमा दर्ज करे मैंने जेल भेजे नहीं तो मैं पूछूंगा तुम कोई कागज़ दे के गए भी क्यों रेड की होगज दोष लाए मैं क्या भी एक तो मैं समझ रखदा तुम कोई ब्रांच कोई FIR की कापी जिद मेरा कोई दोष हो जुलकों की पुलिस थाना इतने 2-3 किलोमीटर से तुम उन्होंने क्यों नहीं लैके आए कहते मारे काम मैं दखल नहीं देना बंद करो जबान ऐसे बोलते रहे पर तुहाडे कोल जमीन की गल करिए कितनी जमीन है परिवार की कर मेरी मालकी तो मेरा पिता छोटा से उधर पाकिस्तान का मेरा भी जन्म उधर था 84 साल उम्र बनी ना उदो 8-9 साल तक सो वो किला जमीन मेरा 3 बेटियां सी तिने ही बेटियां मैं पढ़ा नहीं सकिया किसान अंदोलन करके छोटा किसान करके वो मेरी विकी मैं हुण चकौते दे जमीन एक संस्था है उहदा चकौता साल देना उत्थे मैं 70 साल तो लगातार गैर मलूसी वाह रहा उतों नाज पैदा करके आप खाना और देश के अन्न भंडार पाना जेडे आप बकवास करते हैं भी ये नाज घटाला नाज घटाले का तो इन्होंने मैनू बी अफसर ने नहीं दसिया भी इसकी बैकग्राउंड असं क्यों आए हैं मैनू हुण BJP दी डिबेटा तो पता लग्या भी जो डिबेटा दे विच चैनल वाले पुछते हैं भी जेडे शैलर के छापे बज गए वह तो समझ आती है बैरू के घर छापा क्यों छोटे किसान कर वो कहते लैला है ये छोटा नहीं ये बहुत बड़ा इन्हें गंद पाया है गला सड़िया अनाज चावल कणक बेचता है और मनुखता का घाण कर रहा है बीमारियां फैला रहा है तो हुण मैं पूछूंगा बीमारियां कौन फैला रहा है पता होना चाहिए है 80 लाख मीट्रिक टन पंजाब का कणक तो झोना खरीदते साल पिछों तो मैं 200 क्विंटल पैदा करना 100 हाड़ी 100 दूजा जी जमीन मैं पशु रखे ने वो आपका अन्न पानी मैं खाना दुध भी पीने और जनता की भी सेवा करने भावें मंदिर करने मैं बड़ा संतुष्ट हाँ मेरी 3 बेटियां सी चंगे घर च ने बेटा खेती करता है तो मैं ये सेवा कर रहा तो हैरानी होंगी है कि इन्ने चिर संघर्ष किए ने फिर साफ सुथरा जीवन रहा होदा दौमत लगन तो इस उम्र के नहीं मैं खुश हाँ वैसे तो जे मैं इन बैकग्राउंड वेखा किसान अंदोलन है पर फिर मैं निजी तौर पर वेखदा तो ये समझने भी ये मेरी मानदारी फरोल आए ने भी बड़ा दम रखता मैं मानदार कढ़ दे मानदारी मानदारी फरोल नाल इतों बाद तक आखिरी सवाल तुहानू कि सलाह कोई देनी होवे केंद्र दी सरकार हाँ केंद्र दी सरकार नू सलाह देनी होवे सलाह तो यही है जिहड़ा 20 मार्च नू कट हो रहा है टकराव छड्ड के ते इन्हां दी गल सुणे नहीं तो महंगा पाऊगा 2024 फिलहाल सीधी सन बैरू साहब साफ तौर पर कह रहे हैं कि घर साढ़े रेड बिल्कुल की पर मिले कुछ नहीं साफ तौर पर जिक्र कर रहे हैं कि जिस तरीके के हालात ने तो केंद्र की सरकार 2024 का फिक्र जोड़ा है वह सता रहा है इस करके इदा दारवाइया हो रही तो इस बारे की सोचते हो अपने कीमती जरूर साझे करो इतने तो अग लैनी है बहुत बहुत धन्यवाद।